ਬੀਤੇ ਦਿਨੀ ਪਿੰਡ ਗੋਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇੱਕ ਬੈਠਕ ਬੁਲਾਈ ਗਈ, ਜਿਸ ਵਿੱਚ ਸਿੰਘ ਸਾਹਿਬਾਨਾਂ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਲਾਕੇ ਦੀਆਂ ਸੰਗਤਾਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਦੇ ਦੌਰਾਨ ਸੰਗਤਾਂ ਨੂੰ ਪੂਰੇ ਮਾਮਲੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਮੁੱਖ ਮੁਲਜ਼ਮ ਗੁਰੂ ਘਰ ਦਾ ਹੀ ਗ੍ਰੰਥੀ ਸਿੰਘ ਸੀ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਘਟਨਾ ਨੂੰ ਦੁਖਦਾਇਕ ਕਰਾਰ ਦਿੱਤਾ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਗਤਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ। ਇਸ ਗੱਲ ਵਾਸਤੇ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਕੱਲ੍ਹ ਡੰਗੋਲੀ ਦੇ ਵਿੱਚ ਹੋਈ ਸੀ, ਉਹਦਾ ਦੋਸ਼ੀ ਜਿਹੜਾ ਹੈਗਾ ਉਹ ਫੜਿਆ ਗਿਆ। ਪਹਿਲਾਂ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਇਸ ਗੱਲ ਦਾ ਸ਼ੰਕਾ ਕੀਤਾ ਸੀ ਕਿ ਜਿਹੜਾ ਵਿਅਕਤੀ ਫੜਿਆ ਗਿਆ ਉਹ ਵਿਅਕਤੀ ਕਾਫੀ ਸਮਿਆਂ ਤੋਂ ਨਿਸ਼ਕਾਮ ਸੇਵਾ ਜਿਹੜਾ ਉਹ ਗੁਰੂ ਘਰ ਦੇ ਵਿੱਚ ਕਰ ਰਿਹਾ ਸੀ ਬਿਨਾਂ ਕਿਸੇ ਪੈਸੇ ਦੇ, ਅਤੇ ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਮੈਂ ਵੀ SSP ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਲੋਕਾਂ ਦਾ ਸ਼ੰਕਾ ਜਾਇਜ਼ ਹੈ, ਤੁਹਾਨੂੰ ਇਹ ਜਿਹੜਾ ਪੱਖ ਹੈ ਲੋਕਾਂ ਦਾ ਇਹਨੂੰ ਸਮਝ ਕੇ ਅਤੇ ਇਹਨੂੰ ਬਿਯੋਂਡ ਡਾਊਟ ਸਾਬਤ ਕਰਨਾ ਚਾਹੀਦਾ ਤਾਂ ਜੋ ਸੰਗਤ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਭਾਵਨਾ ਨਾ ਆਵੇ। ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਕਿ ਪਿੰਡ ਦੇ ਵਿੱਚੋਂ ਪੰਚਾਇਤ ਦੇ 5 ਮੋਹਤਬਰ ਜਿਹੜੇ ਬੁਲਾ ਕੇ ਉਹਨਾਂ ਨੂੰ ਮਿਲਾਇਆ ਜਾਵੇ ਉਸ ਵਿਅਕਤੀ ਦੇ ਨਾਲ, ਤਾਂ ਜੋ ਉਹ ਇੰਡੀਪੈਂਡੈਂਟਲੀ ਉੱਥੋਂ ਪੁੱਛ ਸਕਣ ਕਿ ਕੀ ਕਾਰਨ। ਔਰ ਪਿੰਡ ਦੇ ਸੱਜਣ ਇੱਥੇ ਵੀ ਆਏ ਆ, ਸਰਪੰਚ ਸਾਹਿਬ ਵੀ ਗਏ ਸੀ, ਉਸ ਵਿਅਕਤੀ ਦੇ ਪਿਤਾ ਜੀ ਵੀ, ਉਹਦੀ ਧਰਮ ਪਤਨੀ ਵੀ, ਪਿੰਡ ਦੇ ਹੋਰ ਵਿਅਕਤੀ ਵੀ। ਉਹਨਾਂ ਨੇ ਅੱਧਾ ਘੰਟਾ ਮਿਲਣ ਤੋਂ ਬਾਅਦ CIA ਸਟਾਫ ਦੇ ਵਿੱਚ ਮੈਨੂੰ ਟੈਲੀਫੋਨ 'ਤੇ ਦੱਸਿਆ ਸੀ, ਸ਼ਾਇਦ ਉਹ ਇੱਥੇ ਮੀਟਿੰਗ 'ਚ ਵੀ ਆਏ ਆ, ਕਿ ਉਹਨੇ ਮੰਨ ਲਿਆ ਕਿ ਮੇਰੇ ਕੋਈ ਦਿਮਾਗ ਦੇ ਵਿੱਚ ਇਹੋ ਜਿਹੀ ਪਤਾ ਨਹੀਂ ਕੀ ਹੋ ਗਿਆ, ਮੈਂ ਗਲਤੀ ਕਰ ਬੈਠਾ। ਇਸ ਕਰਕੇ ਮੇਰੀ ਵੀ ਇਸ ਗੱਲ 'ਤੇ ਸੰਤੁਸ਼ਟੀ ਹੈ ਕਿ ਨਗਰ ਦੇ ਆਪਣੇ ਉਹਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕਿ ਉਹਨੇ ਗਲਤੀ ਕੀਤੀ ਹੈ, ਇਸ ਲਈ ਇਹ ਫੜਿਆ ਗਿਆ, ਮੈਂ ਸਮਝਦਾ ਸਹੀ ਦੋਸ਼ੀ ਹੈ, ਇਸ ਗੱਲ 'ਤੇ ਮੇਰੀ ਸੰਤੁਸ਼ਟੀ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਡੰਗੋਲੀ ਦੇ ਨਾਂ ਨਾਲ ਪੰਜਾਬ ਵਿੱਚ ਵਾਪਰੀਆਂ ਤਮਾਮ ਬੇਅਦਬੀ ਘਟਨਾਵਾਂ ਨੂੰ ਮੰਦਭਾਗਾ ਦੱਸਿਆ। ਹਾਂ, ਤੇ ਬਹੁਤ ਹੀ ਮੰਦਭਾਗੀਆਂ ਨੇ ਜੀ ਕਿ ਜੋ ਨਹੀਂ ਵਾਪਰਨੀਆਂ ਚਾਹੀਦੀਆਂ। ਇਸੇ ਵਾਸਤੇ ਅੱਜ ਅਸੀਂ ਇੱਥੇ ਇੱਕ ਮੀਟਿੰਗ ਵੀ ਬੁਲਾਈ ਹੈ। ਮੀਟਿੰਗ ਦੇ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਮੋਹਤਬਰ ਸੱਜਣ ਆਏ ਨੇ ਔਰ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਊਗਾ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ, ਉਹਦੇ ਵਾਸਤੇ ਕੀ ਉਪਰਾਲੇ ਕੀਤੇ ਜਾਣ, ਉਹ ਸਾਰਾ ਅਸੀਂ ਸਲਾਹ ਕਰਾਂਗੇ। ਨਹੀਂ ਜੀ, ਧਰਮ ਨਹੀਂ, ਦੇਖੋ ਧਰਮ ਪ੍ਰਚਾਰ ਲਹਿਰ ਬਿਲਕੁਲ ਵਧੀਆ ਚੜ੍ਹਦੀ ਕਲਾ ਵਿੱਚ ਚੱਲ ਰਹੀ ਹੈ, ਐਸੀ ਕੋਈ ਗੱਲਬਾਤ ਨਹੀਂ ਹੈਗੀ। ਜੇ ਐਸੀ ਘਟਨਾ ਇੱਕ ਉਸ ਬੰਦੇ ਦੇ ਕਾਰਨ ਵਾਪਰੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਧਰਮ ਪ੍ਰਚਾਰ ਲਹਿਰ ਫੇਲ ਹੋ ਗਈ ਹੈ। ਧਰਮ ਪ੍ਰਚਾਰ ਲਹਿਰ ਜੇ ਮੈਂ ਕਹਾਂ ਔਰ ਸਭ ਤੋਂ ਵਧੀਆ ਜੋ ਇਸ ਜ਼ੋਨ ਦੀ ਔਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੋ ਦੀਵਾਨ ਸਾਜਦੇ ਨੇ ਉਹ ਬਹੁਤ ਵਧੀਆ ਸੰਗਤ ਬੈਠ ਕੇ ਅਤੇ ਸੁਣਦੀ ਹੈ। ਇਸ ਮੌਕੇ ਜਥੇਦਾਰ ਰਘਵੀਰ ਸਿੰਘ ਨੇ ਇਹ ਕਿਹਾ ਕਿ ਜੇਕਰ ਸਰਕਾਰਾਂ ਪਿਛਲੇ ਸਮੇਂ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਸਿਆਸਤ ਨਾ ਕਰਦੀਆਂ ਤਾਂ ਸ਼ਾਇਦ ਅੱਜ ਮਾਹੌਲ ਕੁਝ ਹੋਰ ਹੋਣਾ ਸੀ। ਕਿ ਪੁਲਿਸ ਨੇ ਆਪਣੀ ਡਿਊਟੀ ਜਿਹੜੀ ਆ ਉਹ ਬੜੀ ਮੁਸ਼ਤੈਦੀ ਨਾਲ ਕੀਤੀ ਹੈ। ਜੇਕਰ ਸਰਕਾਰਾਂ ਪਿਛਲੇ ਸਮੇਂ ਵਿੱਚ ਹੋਈਆਂ ਬੇਅਦਬੀਆਂ ਨੂੰ ਰਾਜਨੀਤੀ ਉੱਤੇ ਨਾ ਕਰਦੀਆਂ ਤਾਂ ਸ਼ਾਇਦ ਅੱਗੇ ਕਿਤੇ ਵੀ ਐਸੀਆਂ ਘਟਨਾਵਾਂ ਨਹੀਂ ਸੀ ਵਾਪਰਨੀਆਂ। ਸਰਕਾਰਾਂ ਨੇ ਰਾਜਨੀਤੀ ਕਰਕੇ
ਅਤੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਵਾਪਰੀਆਂ ਨੇ ਉਹਦੇ ਵੱਲ ਅਸੀਂ ਧਿਆਨ ਨਹੀਂ ਦੇ ਸਕੇ। ਸਾਰੇ ਕਰਦੇ ਨੇ ਰਾਜਨੀਤੀ ਇਹਨਾਂ ਮੁੱਦਿਆਂ 'ਤੇ, ਜਿਹੜਾ ਧਾਰਮਿਕ ਮੁੱਦਾ ਉਹਨਾਂ ਦੇ ਉੱਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਸਾਂਝੇ ਗੁਰੂ ਨੇ, ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਾਸਤੇ ਸਾਨੂੰ ਸਾਰਿਆਂ ਨੂੰ ਤਤਪਰ ਰਹਿਣਾ ਚਾਹੀਦਾ, ਔਰ ਜੇ ਕਿਤੇ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਵੀ ਨੇ ਤਾਂ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਜੀ। ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਨੇ ਜੋ ਉੱਥੋਂ ਐਲਾਨ ਹੋਇਆ ਉਹ ਉਹਨਾਂ ਨੇ ਸੋਚ ਕੇ ਐਲਾਨ ਕੀਤਾ ਹੋਏਗਾ। ਬਾਕੀ ਇਹ ਹੈ ਕਿ ਇਹੋ ਰਾਏ ਕਰਨ ਵਾਸਤੇ ਅਸੀਂ ਅੱਜ ਇੱਥੇ ਸਾਰੇ ਇਕੱਤਰ ਹੋਏ ਹਾਂ ਕਿ ਇੱਦਾਂ ਦੀਆਂ ਘਟਨਾਵਾਂ ਬਿਲਕੁਲ ਨਾ ਵਾਪਰਨ, ਇਹਦੇ ਬਾਰੇ ਕੋਈ ਵਿਚਾਰ ਵਿਮਰਸ਼ ਕੀਤਾ ਜਾਏ, ਸਾਰੇ ਬੈਠ ਕੇ ਕੋਈ ਇਹਦਾ ਜੋ ਸਾਂਝਾ ਹੱਲ ਹੈ ਉਹ ਲੱਭ ਲਈਏ, ਤਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸੰਗਤਾਂ ਸੁਚੇਤ ਹੋ ਕੇ ਗੁਰੂ ਸਾਹਿਬ ਦੀ ਜਿਹੜੀ ਸੇਵਾਦਾਰੀ ਹੈ, ਪਹਿਰੇਦਾਰੀ ਹੈ, ਉਹਨੂੰ ਕਰਨ। ਜੇਕਰ ਕਰਨਗੇ ਤਾਂ ਐਸੀਆਂ ਘਟਨਾਵਾਂ ਬਿਲਕੁਲ ਵੀ ਨਹੀਂ ਵਾਪਰਨਗੀਆਂ। ਤੁਹਾਨੂੰ ਇੱਥੇ ਦੱਸ ਦਈਏ ਕਿ ਬੀਤੇ ਦਿਨੀ ਰੂਪਨਗਰ ਦੇ ਪਿੰਡ ਡੰਗੋਲੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਹੀ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਗ੍ਰੰਥੀ ਸਿੰਘ ਦੀ ਗ੍ਰਿਫਤਾਰੀ ਤੇ ਪਿੰਡ ਵਾਸੀਆਂ ਨੇ ਬਹੁਤ ਵਿਰੋਧ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਪਿੰਡ ਵਾਸੀਆਂ ਨੂੰ ਸਮਝਾਉਣ ਦੇ ਵਿੱਚ ਸਫਲ ਰਹੇ। ਦੂਜੇ ਪਾਸੇ ਗ੍ਰੰਥੀ ਸਿੰਘ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।